ਸ਼੍ਰੀਕਾਲ ਬਾਈ ਜੀ ਸਾਰਿਆਂ ਨੂੰ ਜੀ। ਮੀਂਹ ਹਟ ਗਿਆ ਜੀ, ਅੱਜ ਮੌਸਮ ਥੋੜ੍ਹਾ ਜਿਹਾ ਠੀਕ ਹੈ ਫਿਲਹਾਲ। ਕੱਲ੍ਹ ਤਾਂ ਸਾਰਾ ਦਿਨ ਮੀਂਹ ਪਈ ਗਿਆ, ਹੁਣ ਨਿਕਲਦੇ ਆ ਜੀ। ਭਈਏ ਵੀ ਆਏ ਅਤੇ ਗੰਨੇ ਵਾਲੇ, ਕਿਉਂਕਿ ਹੁਣ ਪੰਮੇ ਬਾਈ ਨਾ ਦੇ ਯਾਰ ਉੱਧਰ ਜਿਨ੍ਹਾਂ ਦਾ ਗੰਨਾ ਫੜਿਆ ਤਾਂ ਉਹਨਾਂ ਨੇ, ਉਹਨਾਂ ਦੇ ਸਾਰਿਆਂ 'ਤੇ ਪਾਣੀ ਆ ਗਿਆ। ਫਿਰ ਦੁਆਰੇ ਚੋਈ ਚੱਲ ਪਈ, ਜਿਹੜਾ ਨੀਵੀਂ ਜਗ੍ਹਾ ਏ ਆਪਣਾ ਗੰਨਾ ਸੁੱਕਾ ਏ, ਪਾਣੀ ਨਹੀਂ ਹੈਗਾ ਉੱਥੇ, ਊਂ ਪੈਰ ਕੱਢਦਾ। ਹੁਣ ਉਹਨਾਂ ਨੂੰ ਚਾਹ ਲੈ ਕੇ ਜਾਣੀ ਆ ਜੀ, ਚਾਹ ਬਣਾ ਰਹੇ ਆ। ਬਾਕੀ ਮੰਡ ਵੀ ਜਾਣਾ ਜੀ, ਦੇਖ ਕੇ ਆਉਂਦੇ ਆ। ਅੱਜ ਕਾਫੀ ਕੰਮ ਆ, ਇੱਕ ਸਰਹੰਦ ਜਾਣਾ ਏ। ਤਿੰਦੇ ਨੇ ਸਟੇਰਿੰਗ ਲਿਆਂਦਾ ਟਰੈਕਟਰ ਵਾਲਾ, ਆਹ ਦੂਆ ਜਿਹੜਾ ਜੰਜੀਰ ਜੀ ਵਾਲਾ ਹੁੰਦਾ, ਉਹ ਹੁਣ ਸਹਿਜ ਨਹੀਂ ਮਿਲਦਾ ਹੈਗਾ, ਉਹ ਮੋੜ ਕੇ ਆਉਣਾ ਕਹਿੰਦਾ। ਮੈਂ ਚੱਲ ਚੱਲਦੇ ਹਾਂ, ਸਟੇਰਿੰਗ ਨਾਲ ਲਿਆਇਓ ਦੂਆ। ਸਤਿ ਸ਼੍ਰੀ ਅਕਾਲ ਜੀ। ਹੁਣ ਸਟੇਰਿੰਗ ਨਾਲ ਲਿਆ ਤਾਂ ਫਾਇਦਾ ਕਰੇ, ਕਿਤੇ ਚੱਕ ਕੇ ਮੂੰਹ ਇੱਕ ਨਹੀਂ ਚਲੇ ਜਾਣ। ਮੂੰਹ ਚੱਕ ਕੇ ਨਹੀਂ ਜਾਂਦੇ ਸਟੇਰਿੰਗ ਨਾਲ ਲੈ ਕੇ ਜਾਂਦੇ। ਠੀਕ ਹੈ ਗੱਲ, ਹੁਣ ਕਿਹੜਾ ਲਿਆ ਉਹ? ਚੈਨ ਵਾਲਾ ਹੈ। ਚੈਨ ਵਾਲਾ ਆਹ ਮਾੜਾ, ਚੱਲ ਸ਼ੌਂਕ ਆਪਣੇ ਆਪਣੇ ਲੈ, ਸ਼ੌਂਕ ਹੈ। ਚਲੋ ਹੱਥ ਮੈਂ ਚੁਭਦਾ ਵਾ, ਚੁਭੇ ਨਾ ਚਬਾਵੇ, ਕੋਈ ਨਾ ਖਰਚਾ ਹਲੇ। ਹਾਂ ਕਿਆ ਖਰਚਾ ਦੱਸ? ਕੋਈ ਨਾ ਬੋਲ, ਥੋੜ੍ਹਾ ਜਿਹਾ ਟਾਈਮ ਖੜ ਜਾ। ਫਿਰ ਕਿਆ? ਫਿਰ ਕਹੀਂ ਮੈਨੂੰ ਵੀ ਚੁਭਦਾ ਕਿਆ ਕਰਦਾ। ਅੱਛਾ, ਚੁਭਦਾ ਕਿਆ ਕਰਦਾ? ਐਜੀ ਵਰਗੀ ਚੀਜ਼ ਨਹੀਂ ਮਿਲਣੀ, ਦੇਸੀ ਘੀ ਹੈ, ਦੇਸੀ ਘੀ। ਮੈਂ ਕਿਹੜੇ ਨੂੰ ਮਾੜਾ ਕਹਿੰਦਾ, ਦਸੌਰੀ ਔਰ ਦੇਸੀ ਦਾ ਫਰਕ ਹੀ ਹੁੰਦਾ। ਉਹ ਕਿਹੜਾ ਦਸੌਰੀ ਹੋ ਗਈ ਦੇਸੀ? ਹੈ ਮਜੇ ਨੂੰ ਬਾਈ, ਠੀਕ ਹੈ ਮਜੇ ਨੂੰ, ਯੂਮਸ ਟਰੈਕਟਰ ਹੈ। ਅਰਜਣ ਬਾਈ ਅਰਜਣ ਬਾਹੀ ਨੂੰ ਵਧੀਆ, ਕੱਖ ਵੀ ਦੇਖਣੇ ਆ, ਵੱਢਦੇ ਆ। ਮੈਂ ਤਿੰਦਾ ਕਹਿੰਦਾ ਮੈਂ ਰੇੜਾ ਲੈ ਕੇ ਆਉਂਦਾ, ਚਾਹ ਵੀ ਪੈ ਗਏ, ਚਾਹ ਲੈ ਜਾਓ। ਫਿਰ ਚਾਹ ਲੈ ਕੇ ਜਾਂਦੇ ਮੰਡ ਮੈਂ ਵੀ ਜੱਗੇ ਤੇ ਖੋਈ ਆ, ਜੱਗਾ ਲਈ ਫਿਰਦਾ। ਮੈਂ ਕਿਤੇ ਫੌਜ ਜੁਆਇਨ ਕਰ ਲਈ ਨੇ। ਕਿੱਦਾਂ ਰਸਤਾ ਮੂੰਹ ਭਾਗਣਾ ਬੰਦੇ ਨੇ ਪਿੱਛੇ ਲਾਗੇ। ਸਲਾਈ ਚੱਲ ਰਹੀ ਹੈ ਇੱਧਰ ਹੁਣ, ਕਹਿੰਦੇ ਗਿੱਲਾ ਏ ਨਾ ਚੱਲਦੀ ਸਲਾਈ ਤੇ ਸਾਹਮਣੇ ਉਹਦੇ। ਉਹ ਮਾੜਾ ਥੱਲੇ ਦੇ ਵੱਡੇ ਹੋ ਗਏ, ਚਾਹ ਲੈ ਜਾ। ਬਸ ਮੌਸਮ ਖਰਾਬ ਆਪ ਕਰਵਾ ਰਹੇ ਹੈ। ਹੋਰ ਕਿ ਮੈਂ ਕਿਆ ਕਰ, ਮੈਂ ਹੀ ਕਰਾਇਆ। ਹੋਰ ਮੇਰੇ ਕੰਨਾਂ ਤਾਂ, ਮੈਂ ਸਪੈਸ਼ਲ ਕਿਹਾ ਮੈਂ ਕਿਹਾ ਮੇਰਾ ਕੰਮ ਖਤਮ ਆ ਵੀ ਹੁਣ ਦੇੜ ਦੇ। ਬਸ ਬਸ ਉਹੀ ਹੋ ਗਿਆ, ਚਲੀਏ ਕੇਰਾ ਆਪਣੇ ਹੱਥ ਮੇ ਤਾਂ ਰੱਬ ਕੀ ਮਰਜ਼ੀ ਹੈ। ਲੋਡ ਕਰਦੇ ਆ ਮੀਂਹ ਨੇ ਲੀਨ ਲੈ ਵਿੱਚ ਨੂੰ ਹੁਣ ਹੀ ਤੋੜ ਦਿੱਤੀ ਮਲੱਪੜੀਆਂ ਦੇ।
लग गई बढ़न दुए तीए दिन आए बढ़न हूं पानी खड़ा दो मशीन चलदियां पैर तो घटदा था क्या करेगा बंदा मंडवा भी आए मंड जी कित्थे जा है परसों बड़े हुए थे दो दिन दे टुकड़ा वजन हो जाना देख के बड़े वजन बहुत हो जाए गिले पंड छोटी हो भी तो सारे गुटे कट्ठे करी जाता एक जगह मेरी गल सुन पानी बिचे मिट्टी पिछे गूड़ा लगी जाता मशीन देख ला चाचे जा दात तो देख ला कि दात खुंडा का पिया मैं घसा के लाया खंबे पर मैं खंबे पर घसा के लाया अपने आप दादा हाँ इदा बढ़ाई चाहिए कसार दाती आदि बढ़ाई जाए बढ़ाई होनी कित्थे आ फसल पर आस करूंगा फिर कम कहानी हूं ट्रैक्टर पिछले तू वो कहन ता काले ने मशीन पानी हैगा फिर गन्ने च पानी नहीं हैगा ऊ पैर कर देना भाई के पंड लेके जानी है ते ओ इक थोड़ी है जे मैं ओ आ जेड़ा दसन लाया ता हो है और केड़ा है ते ता चार गुटियां बन गया मेरे ता मर लिया पानी ना नहीं जी ओके कोई इक ते होना रसवाल गुड गए ना मुड़ के गुड़ना भी नहीं रसवाल गुड गया कहना मुझे पता भी ना गुड़ना ही नहीं कहना मुझे पता ही था ताई कहना केड़ा ही कहना होना है आओ ऐसे लबड़ा पैना है यार पांडव पिछे पाई उरी
ਉੱਥੇ ਉੱਥੇ ਕੀ ਪਤਾ ਉੱਥੇ ਸਾਲਾ ਗਾਰਾ ਜਾ ਪਾਲਾ ਫਿਰ ਰੁਕ ਲਾਗੇ ਤੇ ਘਰ ਵੜਦੇ ਕਰ ਦੂਗੇ ਸੋ ਭਰੀ ਡੋਲੀ ਲੈ ਉੱਥੇ ਤੇ ਡੋਲੀ ਨੀ ਲੈਂਦੀ ਚਾਹ ਫਿਰ ਹੁਣ ਦੁਬਾਰਾ ਤਾਂ ਦੇਣੀ ਮਾਰੀ ਕਿਹੜਾ ਤੂੰ ਤੀਏ ਦਿਨ ਤਾਂ ਪਾਣੀ ਪੀਂਦਾ ਇਹ ਤੀਏ ਦਿਨ ਪੀਂਦਾ ਦੇਖ ਲਿਆ ਹੋਣਾ ਨਾ ਰੋਜ਼ ਪੀਂਦਾ ਮੇਰੇ ਕੋਲ ਤੂੰ ਸਾਰੇ ਤੂੜੀ ਪਾਉਂਦਾ ਹੋਣਾ ਇਹ ਪਾਉਂਦੀ ਨਹੀਂ ਹੋਣਾ ਫਿਰ ਗਊਸ਼ਾਲਾ ਵਾਲੇ ਪਾਣੀ ਪੀਂਦਾ ਉਹ ਇੱਕ ਟੋਕਰੀ ਨਾ ਕੱਖਾਂ ਦੀ ਰੱਜ ਜਾਂਦਾ ਇਹ ਫੁੱਲ ਟੋਕਰੀ ਕੱਖ ਘੱਟ ਖਾਂਦਾ ਕੱਖ ਢਿੱਡ ਕਿੱਡਾ ਢਿੱਡ ਹੈ ਤੇਜ ਬਥੇਰਾ ਹੈ ਟਿੰਡਾ ਪਹਿਲਾਂ ਗਾਇਆ ਦੱਸਦਾ ਹੁੰਦਾ ਤਾਂ ਇਹਨੂੰ ਹੁਣ ਬਾਲ ਜਿੱਦਣ ਦਾ ਇਹਨੇ ਲਿਆ ਹੁਣ ਬਾਲ ਦੱਸਣ ਲੱਗ ਗਿਆ ਆਹੋ ਦੱਸੇ ਲੱਗ ਗਿਆ ਦੱਸਣ ਐ ਤਾਂ ਦੇਸੀ ਗਾਇ ਵਰਗਾ ਮੈਂ ਤਾਂ ਖੇਡਦਾ ਹੁੰਦਾ ਚਾਚੇ ਤੁਹਾਡਾ ਹੈਗਾ ਦਿਲ ਛੋਟਾ ਤੁਹਾਡਾ ਦਿਲ ਆਉਂਦਾ ਬਾਹਰ ਨੂੰ ਉਹ ਜਿਹਾ ਹੀ ਤੁਹਾਡਾ ਬੜਦਾ ਜਿਕਣਾ ਹਰਸ਼ ਵੀ ਤਾਂ ਨੀ ਆਉਣ ਲੱਗ ਜਾਂਦਾ ਕਹਿ ਦਿੰਦਾ ਪਾਪੇ ਦਿਲ ਬਾਹਰ ਨੂੰ ਆਉਂਦਾ ਦੇਖ ਮੈਂ ਮੇਰੇ ਪਾਸ ਹੁਣ ਰੇੜੇ ਤੇ ਕੰਮ ਹੀ ਨੀ ਹੈਗਾ ਤਾਂ ਹੀ ਤੁਸੀਂ ਕਹਿੰਦਾ ਲੈ ਜਾ ਸਾਡੇ ਤਾਂ ਮੋਟਰ ਪਰ ਕੱਖ ਆ ਸਾਡੇ ਮੋਟਰ ਪਰ ਕੱਖ ਹੁਣ 6 ਮਹੀਨੇ ਨੇ ਖੜਨਾ ਤਾਂ ਵਿਹਲਾ ਕੋਈ ਨੀ ਠੀਕ ਹੈ ਰਹਿ ਗਿਆ ਹੁਣ ਤਾਂ ਮਹੀਨੇ ਦੋ ਰਹਿ ਗਏ ਦੇ ਦੇਣਾ ਮੈਂ ਪਾਲ ਕੇ ਤੁਹਾਨੂੰ ਕੱਖੇ ਨਹੀਂ ਤੇ ਪੈਂਦੇ ਸੋਤੇ ਆਹੋ ਵੇ ਹੋਰ ਕੀ ਕਹਿੰਦਾ ਤਾਂ ਹੁਣ ਲੱਛਣ ਸਰਦਾਰ ਬੰਦੇ ਕਹਿੰਦਾ ਪਰਨਾ ਖਰਾਬ ਹੋ ਜੂਗਾ ਗੰਨਾ ਅਗਲੇ ਸਾਲ ਚੇਂਜ ਕਰਨੇ ਛਿੱਲ ਕੇ ਜਾਣਾ ਨੱਠ ਜੋ ਨੱਠ ਨਹੀਂ ਦੇਣੇ ਹੁਣ ਕਿੱਥੇ ਨੱਠ ਜੂ ਛਿੱਲ ਕੇ ਜਾਓ ਆਪਣਾ ਹਿਸਾਬ ਕਰੋ ਪੈਸੇ ਲੈ ਜਾਓ ਬਸ ਅੱਜ ਚੱਲੇ ਆ ਸਰਹੰਦ ਨੂੰ ਬਾਕੀ ਹੁਣ ਦੇਖਦੇ ਆ ਕਿਆ ਹਾਲਾਤ ਉੱਥੇ ਜਾ ਕੇ ਕਦ ਮੁੜਦੇ ਕਦ ਨਹੀਂ ਕੋਈ ਭਰੋਸਾ ਨੀ ਆਈ ਵੀ ਨੀ ਦੱਸਿਆ ਲੈ ਕੇ ਕਿੱਥੇ ਜਾ ਰਹੇ ਇਹਨਾਂ ਮੈਨੂੰ ਸਰਹੰਦ ਗਿਆ ਹਲੇ ਮੈਂ ਤਾਂ ਅੱਡੇ ਪਰ ਗੇੜਾ ਮਾਰਨ ਆਇਆ ਤਾਂ ਖੇਤਾਂ ਚ ਉੱਤੀ ਤੇ ਮੋਟਰਸਾਈਕਲ ਛੱਡ ਕੇ ਚਾਬੀ ਜੇਬ ਚ ਉਂਗਲੀ ਚ ਪਾ ਕੇ ਲਿਆ ਉੱਕਣੇ ਕਿਤੇ ਪਾਉਣ ਦਾ ਵੀ ਆਹੋ ਜੀ ਅਸੀਂ 5 ਲੱਖ ਵਗੇ ਅਗਲਾ ਕਹਿੰਦਾ 6 ਲਓ ਆਪਣੇ ਕੋਲ ਲੱਗੇ ਦੇਖਦਾ ਬਾਈ ਤਿੰਦੇ ਦੀ ਚੱਲਦਾ ਡਾਊਨ ਆ ਬਾਈ ਬ੍ਰੌਕ ਲੈਂਸਰ ਬਣਾਇਆ ਫਿਰਦਾ ਬ੍ਰੌਕ ਲੈਂਸਰ ਆ ਜਾਣਾ ਅੱਧਾ ਘੰਟਾ ਲੱਗਣਾ ਘੰਟਾ ਚੱਲ ਕੋਈ ਨਹੀਂ ਤਾਂ 5 ਵਜੇ ਤੱਕ ਤਾਂ ਵਿਹਲੇ ਹੀ ਆ ਮੈਂ 5 ਵਜੇ ਮੁੜਨਾ ਇਹਨੂੰ ਵੀ ਕੰਮ ਹੈ ਥੋੜੀ ਇਹਨੂੰ ਵੀ ਕੰਮ ਆ ਪਰ ਆਹ ਸਾਵਲ ਨਹੀਂ ਮੁੜਦਾ ਹੈਗੇ ਉਧਰ ਕਾਲੇ ਉਹ ਆ ਗਿਆ ਉਧਰ ਕਾਲੇ ਰੇਤੀ ਦਾਰ ਤਾਂ ਸਿੱਧਾ ਹੀ ਇਹਦੇ ਵਿੱਚ ਮੋਟਰਸਾਈਕਲ ਕਣਕ ਵਿੱਚ
ਮੋੜ ਪਰ ਉਹਦੇ ਮੁੜ ਗਈ ਨਹੀਂ ਹੈਗਾ ਇੰਨੀ ਸਪੀਡ ਗਿਆ ਤਾਂ ਚੱਲ ਸਿੱਧਾ ਹੀ ਕਣਕ ਦੇ ਵਿੱਚ ਅਜੇ ਦੇਖੀ ਟੋਆ स्टीयरिंग ने पंगा पाया वा ਉਹ ਗਾਹਾਂ ਜਾ ਕੇ ਸਾਨੂੰ ਸਟੀਅਰਿੰਗ ਬਾਈ ਕਿਲੋਮੀਟਰ ਤੋਰਤਾ ਸਾਨੂੰ ਇਹਨੇ ਦਿਖਾ ਮੈਂ ਸਟੀਅਰਿੰਗ ਬਾਈ ਕਿਹੜਾ ਕਹਿੰਦੇ ਆਹ ਸਟੀਅਰਿੰਗ ਬਾਈ ਦੇਖ ਲਿਆ ਤੇ ਨਵੇਂ ਨਵੇਂ ਫੈਸ਼ਨ ਨਵਾਂ ਨਵਾਂ ਸਿਸਟਮ ਸਰਾਤ ਨਵੇਂ ਨਵੇਂ ਪੰਗੇ ਤਿੰਦੇ ਵਾਲਾ ਬਣਿਆ ਨੀ ਪ੍ਰੋਜੈਕਟ ਝੀਰੀ ਦਾ ਫਰਕ ਪੈਂਦਾ ਜੀ ਇਹਦੀ ਝੀਰੀ ਜਿਹੜੀ ਦੂਏ ਹੈ ਉਹਨਾਂ ਦੀ ਛੋਟੀ ਆ ਇਹਦੀ ਝੀਰੀ ਬੜੀ ਆ ਥੋੜ੍ਹੀ ਜੀ ਤੇ ਪਹਿਲਾਂ ਵੀ ਆਇਆ ਜੀ ਨਵਾਂ ਸਟੀਅਰਿੰਗ ਆਇਆ ਜੀ ਤੇ ਪਹਿਲਾਂ ਗਨ ਵਾਲਾ ਆਇਆ ਸੀ ਇਹ ਅਸੀਂ ਨਵਾਂ ਮਾਡਲ ਤਿਆਰ ਕਰਾਇਆ ਜੱਟ ਲਾਈਫ ਵਾਲਾ ਫੁੱਲ ਹੈਵੀ ਸਟੀਅਰਿੰਗ ਆ ਰੇਟ ਦੀ ਇੱਕ ਵਾਰ ਜ਼ਰੂਰ ਟਰਾਈ ਮਾਰ ਲਿਓ ਸਾਰੇ ਬਾਜ਼ਾਰ 'ਚ ਘੁੰਮ ਕੇ ਵੀ ਰੇਟ ਦੀ ਇੱਕ ਵਾਰ ਸਾਡੇ ਕੋਲ ਜ਼ਰੂਰ ਆਇਓ ਰੇਟ ਟਰਾਈ ਕਰ ਇੱਕ ਅਸੀਂ ਇਹਦੇ ਨਾਲ ਦੀ ਆਹ ਸਾਈਡ ਗਲਾਸ ਵਾਲੀ ਚੈਨ ਤਿਆਰ ਕਰਾਈ ਹੈ ਜੀ ਸਾਈਡ ਗਲਾਸ ਵਾਲੀ ਇੱਕ ਆ ਸਾਈਡ ਗਲਾਸ ਵਾਲੀ ਕਰਾਈ ਹੈ ਜੀ AK-47 ਵਾਲੀ ਇਹ ਸਾਈਡ ਗਲਾਸ ਵਾਲੀ ਰਾਡ ਹੈ ਜੀ ਇੱਕ ਆ ਜੀ ਛਤਰੀ ਵਾਲੀ ਰਾਡ ਹੈ ਜੀ ਇਹ ਛਤਰੀ ਵਾਲੀ ਇਹ ਗੋਲ ਸ਼ੀਸ਼ਾ ਲੱਗਦਾ ਜੀ ਅਤੇ ਇੱਕ ਸਾਡੇ ਕੋਲ ਜੇ ਕਿਸੇ ਨੇ ਮੈਸੀ ਵਾਲੀ ਰੇਸ ਦੀ ਲੋੜ ਹੋਵੇ ਜੀ ਪੈਰ ਵਾਲੀ ਰੇਸ ਇਹ ਸਾਰੇ ਟਰੈਕਟਰਾਂ ਦੀ ਅਵੇਲੇਬਲ ਹੈ ਜੀ ਮੈਸੀ ਵਾਲੀ ਰੇਸ ਜੀ ਪੈਰ ਵਾਲੀ ਜੀ ਇੱਕ ਬਾਈ ਜੀ ਇਹ ਆਪਣੇ ਇਹ ਇੰਡੀਕੇਟਰ ਵਾਲੇ ਕੁੰਡੇ ਚੈਨ ਵਾਲੇ ਅਤੇ AK-47 ਵਾਲੇ ਜਿੱਥੋਂ ਮਰਜ਼ੀ ਲਓ ਸਿਰਫ ਸਾਡੇ ਕੋਲ ਇੱਕ ਵਾਰ ਰੇਟ ਦੀ ਟਰਾਈ ਮਾਰ ਲਿਓ ਇੱਕ ਸਾਲ ਦੀ ਸਾਡੀ ਕਰੋਮ ਦੀ ਗਰੰਟੀ ਹੋਊਗੀ ਜੇ ਉਹਦੇ ਤੋਂ ਬਾਅਦ ਵੀ ਤੁਹਾਡਾ ਕਰੋਮ ਖਰਾਬ ਹੁੰਦਾ ਤਾਂ ਅਸੀਂ ਕਰੋਮ ਵੀ ਕਰਾ ਦਿੰਦੇ ਹਾਂ ਪੁਰਾਣੇ ਸਮਾਨ ਨੂੰ ਪਹਿਲਾਂ ਵੀ ਆਇਆ ਜੀ ਆਪਾਂ ਲੈਟਰ ਲੈ ਕੇ ਗਏ ਹਾਂ ਬਾਈ 'ਤੇ ਬਾਕੀ ਐਡਰੈਸ ਇੱਕ ਵਾਰ ਫਿਰ ਦੱਸ ਦਾਂਗੇ ਤੁਹਾਨੂੰ ਇਹ ਹੈ ਤਾਂ ਸਰਹੰਦ ਚ ਐਗਜੈਕਟ ਲੋਕੇਸ਼ਨ ਜੋ ਹੈਗੀ ਉਹ ਬਾਈ ਨੂੰ ਆਪ ਦੱਸੂਗਾ ਬਾਕੀ ਬਾਈ ਹੌਰਨ ਹੌਰਨ ਵਗੈਰਾ ਇੱਕ ਆ ਮਰਗਾੜ ਵਾਲੇ ਹੈਂਡਲ ਨੇ ਜੀ ਅਤੇ ਇੱਕ ਆ ਹੈ ਜੀ ਆਪਣਾ ਇਹ ਵੀ ਮਰਗਾੜ ਵਾਲੇ ਹੈਂਡਲ ਨੇ ਜੀ ਇੱਕ ਪਹਿਲਾਂ ਸਾਡੇ ਦਾ ਜੀ ਪਹਿਲਾਂ ਸਾਡੇ ਰੀਜਨਲ ਸਲੰਸਰ ਮਿਲਦਾ ਨਹੀਂ ਸੀ ਜੀ ਅਸੀਂ ਦੂਏ ਤਿਆਰ ਕਰਵਾਉਂਦੇ ਸੀ ਹੁਣ ਜਿਹੜਾ ਨਾਲ ਆਉਂਦਾ ਸਲੰਸਰ ਰੀਜਨਲ ਹੋਲੈਂਡ ਦਾ ਰੀਜਨਲ ਸਲੰਸਰ ਵੀ ਹੈ ਸਿਰਫ 1700 ਰੁਪਈਏ 'ਚ ਰੀਜਨ ਇੱਕੇ 'ਚ ਹੋਰ ਮਾਡਲ ਹੈ ਉਹ 1500 ਦਾ ਜੀ ਰੀਜਨਲ ਹੈ ਬਾਕੀ 1000 ਰੁਪਏ 800 ਤੋਂ ਸਾਡੇ ਕੋਲ ਇਹ ਆਪਣੀ ਬੱਸ ਅੱਡਾ ਨਵੇਂ ਬੱਸ ਅੱਡੇ ਦੇ ਕੋਲ ਦੁਕਾਨ ਹੈ ਜੀ ਪੁੱਲ ਦੇ ਥੱਲੇ ਸੇਠੀ ਟ੍ਰੇਡਿੰਗ ਕੰਪਨੀ ਸਾਡੇ ਕੋਲ ਟਰੈਕਟਰ ਦੀ ਫੁੱਲ ਰੇਂਜ ਆ ਪੂਰੀ ਰੇਂਜ ਹੈ ਜੀ ਟਰੈਕਟਰ ਦੀ ਸੇਠੀ ਟ੍ਰੇਡਿੰਗ ਕੰਪਨੀ ਨਵੇਂ ਬੱਸ ਅੱਡੇ ਦੇ ਨੇੜੇ ਜੀ ਪੁੱਲ ਦੇ ਥੱਲੇ ਆ ਇਹਨਾਂ ਦਾ ਮਸਲਾ ਉਲਝਿਆ ਹੋਇਆ ਜੀ ਇਹ ਬਾਕੀ ਜੋਂਡੀਅਰ ਨੂੰ ਤਾਂ ਆਉਂਦਾ ਸਾਰਾ ਹੁਣ ਐਂ ਨਹੀਂ ਸਮਝ ਆਉਂਦੀ ਵੀ ਇਹ ਖਾਦੇ ਨਹੀਂ ਆ ਰਿਹਾ ਕਦੇ ਇਹੋ ਜਿਹੀ ਪ੍ਰੋਬਲਮ ਆਈ ਨਹੀਂ ਉਹ ਆਈਦਾ ਬੜਾ ਥੋੜ੍ਹਾ ਜੇ ਤੁਸੀਂ ਲੈ ਕੇ ਜਾਣਾ ਲੈ ਜਾਓ ਨਾ ਫਿੱਟ ਆਇਆ ਮੋੜਨਾ ਮੋੜ ਦਿਓ ਤਾਂ ਵੀ ਕੋਈ ਚੱਕਰ ਨਹੀਂ ਜੇ ਇੱਕ ਜਿਹੜਾ ਉਹ ਤੁਸੀਂ ਫੋਨ ਨੰਬਰ ਦੇ ਦਿਆ ਬਾਈ ਆਪਣਾ ਵਿੱਚ ਬੋਲ ਹਾਂ ਜੀ ਸਾਡਾ ਆਪਣਾ GT ਰੋਡ 'ਤੇ ਦੁਕਾਨ ਹੈ ਜੀ ਨਵੇਂ ਬੱਸ ਅੱਡੇ ਕੋਲ ਸੇਠੀ ਟ੍ਰੇਡਿੰਗ ਕੰਪਨੀ ਮੋਬਾਈਲ ਨੰਬਰ 70-18-18-00-21 ਸਿਰਫ ਇੱਕ ਵਾਰ ਰੇਟ ਦੀ ਟਰਾਈ ਜ਼ਰੂਰ ਮਾਰੋ ਜੀ ਕਰੋਮ ਦੀ ਗਰੰਟੀ ਤੁਹਾਡੇ ਪੁਰਾਣੇ ਸਮਾਨ ਨੂੰ ਵੀ ਕਰੋਮ ਕਰਾ ਦਾਂਗੇ ਜੀ 70-18-18-00-21 ਸਰਹੰਦ ਜੀ ਪੁੱਲ ਦੇ ਥੱਲੇ ਨਵੇਂ ਬੱਸ ਅੱਡੇ ਦੇ ਨੇੜੇ
अरे सारे ट्रैक्टर का मॉडिफाई का हर तरह की आइटम मिलती है, साइड ग्लास वाली छतरी वाली बना के लेके एक चीज और दिखाई आ फैबर की छतरी से हमर वाले इंडीकेटर लगते हैं जी। ये पहला कहते थे जी कितों नहीं मिलते है जी, लुधियाने लुधियाने जाना पैंदा सी अपने को भी पांच इंडीकेटर लगते हैं जी ये हमर वाले। ठीक है जी हुण साडा हल फिर क्या करना तुसी दसो जी मैं कहना आ किन्ने दी है थोड़े लिए स्टीयरिंग भी जो लेना है तो 1700 रुपए का गया नहीं आ गया मिस्त्री जी तो तुम पांच स्टेयरिंग मंग लो थोड़े सामने मिस्त्री लेके आएंगे। मैं तुम्हें पता कदे पूछे क्योंकि एक ही रख देना सवेरे लेके गए मैं कल लेके गया हाँ। जी बहुत डिमांड सी लोगों की भी ट्रैक्टर से स्पोर्ट्स स्टेयरिंग लाना है वो हब नहीं सी आनी असी हब भी तैयार कराई है जी ये हब हब जी तैयार करा दे तैयार होगी फिर स्पेशल पटाके ਉਹ ਬਣਾ ਕੇ ਉਹ ਚੀਜ਼ ਦੇ ਵਿੱਚ ਇਹ ਬੰਦਾ ਹੈਗਾ ਤਿਆਰ ਕਰਨ ਵਾਲਾ ਤਿਆਰ ਕਰਾ ਨਹੀਂ ਐ ਤਾਂ ਹੁਣ ਐ ਵੀ ਜੇ ਪੂਰਾ ਪੂਰਾ ਸਹਿਜ ਮੈਨੂੰ ਇਹ ਮਿਲ ਜਵੇ ਇਹ ਲੁਧਿਆਣੇ ਦੇ ਬੰਦੇ ਬਣਾਉਂਦੇ ਆਪਣੇ ਜਿੱਥੋਂ ਆਹੋ ਮਾਲ ਤੇ ਉਹ ਆਪ ਮੈਨੂਫੈਕਚਰ ਜਿਹੜਾ ਤੁਸੀਂ ਲੈਂਦੇ ਆ ਉਹ ਹਰ ਚੀਜ਼ ਜਾਣੀ ਕਿ ਹੋ ਸਕਦਾ ਆਹੋ ਸਟੇਰਨ ਤਾਂ ਜੀ ਮਿਲਿਆ ਨਹੀਂ ਹੁਣ ਆਰਡਰ ਕਰਿਆ ਕਹਿੰਦਾ ਬਾਈ 10-15 ਦਿਨ ਤੱਕ ਤੁਹਾਨੂੰ ਬਣਾ ਕੇ ਦੇ ਦੂੰਗਾ ਬਾਕੀ ਦੇਖਦੇ ਆ ਬਾਈ ਦਾ ਜਦੋਂ ਫੋਨ ਆਇਆ मक्खन क्रीम वाले कुलचे मक्खन क्रीम वाले 7 बज गए मुड़ा जी अपना उत्थे तो फतेहगढ़ साहब मत्था टेक लिया जी हूँ तो हूँ लगे हुए हैं बेलपुरी खान अम्मा खा रहे इधर तिंदा बैठा जी साड़ी तैयार हो रही है हले तो हम चलते जी घर नेरा हो गया जी काफ़ी चलो अपना अज का ब्लॉग इतने तक सी मिलते जी किसी अगले ब्लॉग सत श्रीकाल जी सारे।